ਗੁੱਡ ਮਾਰਨਿੰਗ ਐਵਰੀਬਡੀ, ਕਿਵੇਂ ਤੁਸੀਂ ਸਾਰਿਆਂ ਨੇ? ਉਮੀਦ ਕਰਦਾ ਤੁਸੀਂ ਠੀਕ ਠਾਕ ਹੋ ਅਤੇ ਸਭ ਦਾ ਇਸ ਚੈਨਲ 'ਤੇ, ਪਾਠਸ਼ਾਲਾ 'ਤੇ ਬਹੁਤ ਬਹੁਤ ਸਵਾਗਤ ਕਰਦਾ। ਸੋ ਅੱਜ ਕਰੰਟ ਅਫੇਅਰਸ ਨੇ ਜਿਹੜੇ ਬਹੁਤ ਇੰਪੋਰਟੈਂਟ ਨੇ, 9 ਜੁਲਾਈ ਤੱਕ ਦੇ ਇੰਪੋਰਟੈਂਟ, ਠੀਕ ਹੈ। ਵਿਦ ਸਟੈਟਿਕ ਜੀ ਕੇ ਆਪਾਂ ਕਵਰ ਕਰਾਂਗੇ, ਕੁਛ ਬੜੇ ਹੀ ਸੋਹਣੇ ਬੜੇ ਹੀ ਫੈਕਟਸ ਨੇ ਜਿਹੜੇ, ਉਹਦੀਆਂ ਬਾਰੇ ਚਰਚਾ ਕਰਾਂਗੇ ਅੱਜ ਦੇ ਕੁਐਸਚਨ ਦੇ ਵਿੱਚ, ਅਤੇ ਨਾਲ ਦੀ ਨਾਲ ਤੁਹਾਡੇ ਲਈ ਐਮ ਸੀ ਕਿਊਜ਼ ਅਤੇ ਕੁਐਸਚਨ ਆਫ ਦਾ ਡੇ ਵੀ ਹੋਊਗਾ, ਜਿਹਦਾ ਆਂਸਰ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ, ਠੀਕ ਹੈ। ਸੋ ਸਟਾਰਟ ਕਰਦੇ ਹਾਂ ਬਿਨਾਂ ਦੇਰੀ ਤੋਂ ਅੱਜ ਦੇ ਕਰੰਟ ਅਫੇਅਰ ਦੀ ਵੀਡੀਓ ਨੂੰ। ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਡਿਸਕਸ਼ਨ ਆਫ ਦਾ ਲਾਸਟ ਡੇ ਕੁਐਸਚਨ, ਸੋ ਡਿਸਕਸ਼ਨ ਆਫ ਦਾ ਲਾਸਟ ਡੇ ਕੁਐਸਚਨ ਦੇ ਵਿੱਚ ਮੈਂ ਜਿਹੜਾ ਕੁਐਸਚਨ ਪੁੱਛਿਆ ਸੀ ਬੇਟਾ ਜੀ ਲਾਸਟ ਡੇ, ਉਹ ਪੁੱਛਿਆ ਗਿਆ ਸੀਗਾ ਕਿ ਲੋਕਪਥ ਮੋਬਾਈਲ ਜੋ ਐਪ ਹੈ ਉਹ ਕਿਹੜੀ ਸਟੇਟ ਗੌਰਮੈਂਟ ਨੇ ਸਟਾਰਟ ਕੀਤੀ ਹੈ, ਤਾਂ ਕਿ ਉੱਥੇ ਰੋਡਸ ਨੇ ਜਿਹੜੇ ਉਹਨਾਂ 'ਚ ਪ੍ਰੋਬਲਮ ਨਾ ਆਵੇ, ਰੋਡਸ ਨੇ ਜਿਹੜੇ ਉਹ ਸੇਫਟੀ ਹੋਵੇ ਉਹਨਾਂ 'ਚ, ਰੋਡ ਨੂੰ ਦੇ ਲੈ ਕੇ ਜੋ ਵੀ ਪ੍ਰੋਬਲਮਸ ਨੇ ਲੋਕਾਂ ਨੂੰ ਆਉਂਦੀਆਂ ਨੇ ਉਹ ਲੋਕਪਥ ਮੋਬਾਈਲ ਐਪ ਦੇ ਜ਼ਰੀਏ ਆਪਣੀ ਸੋਲਵ ਕਰ ਸਕਣ, ਉਹ ਸਮੱਸਿਆਵਾਂ ਦਾ ਜਿਹੜਾ ਸਮਾਧਾਨ ਆ ਜਾਂ ਹੱਲ ਆ ਉਹ ਗੌਰਮੈਂਟ ਕਰ ਸਕੇ। ਸੋ ਕਿਹੜੀ ਸਟੇਟ ਗੌਰਮੈਂਟ ਇਹੋ ਜਿਹੀ ਹੈ, ਇਹਦਾ ਆਂਸਰ ਤੁਸੀਂ ਦੱਸਣਾ ਸੀ। ਸੋ ਆਂਸਰ ਆਜੂਗਾ ਜੀ ਮੱਧ ਪ੍ਰਦੇਸ਼। ਮੱਧ ਪ੍ਰਦੇਸ਼ ਦੇ ਜਿਹੜੇ ਸੀ ਐਮ ਸਾਹਿਬ ਨੇ ਸਾਡੇ, ਉਹਨਾਂ ਦਾ ਨਾਮ ਹੈ ਮੋਹਨ ਯਾਦਵ ਜੀ, ਡਾਕਟਰ ਮੋਹਨ ਯਾਦਵ ਸੀ ਐਮ ਨੇ ਲੋਕਪਥ ਮੋਬਾਈਲ ਐਪ ਨੂੰ ਲਾਂਚ ਕੀਤਾ। 40,000 ਕਿਲੋਮੀਟਰ ਜਿਹੜੇ ਹਾਈਵੇਜ਼ ਨੇ ਉੱਥੇ ਬਣੇ ਹੋਏ, ਪਬਲਿਕ ਟੂ ਟਰਾਂਸਪੋਰਟ ਰੋਡਸ ਇਸ਼ੂਜ਼ ਜਿਹੜੇ ਆਉਂਦੇ ਨੇ ਉਹਨਾਂ ਨੂੰ ਇੰਪਰੂਵ ਕਰਨਾ ਹੀ ਮੇਨ ਕੀ ਹੈ, ਇਸ ਚੀਜ਼ ਦਾ ਮੋਟਿਵ ਹੈ, ਇਸ ਚੀਜ਼ ਦਾ ਏਮ ਹੈ। ਸੋ ਇਹ ਸੀਗਾ ਜੀ ਇਸਦਾ ਆਂਸਰ। ਨੈਕਸਟ, ਸਭ ਤੋਂ ਪਹਿਲੀ ਨਿਊਜ਼ ਅੱਜ ਦੀ ਕੀ ਹੋਣ ਵਾਲੀ ਹੈ, ਇਹ ਵੀ ਬਹੁਤ ਹੀ ਨਵੀਂ ਹੋ ਸਕਦੀ ਹੈ ਤੁਹਾਡੇ ਲਈ, ਲੇਕਿਨ ਆਪਾਂ ਕੁਝ ਫੈਕਟ ਬੇੜੇ ਬੜੇ ਇੰਟਰਸਟਿੰਗ ਪੜਾਂਗੇ। ਸੋ ਧਿਆਨ ਨਾਲ ਦੇਖਿਓ, ਵਿਸ਼ਵ ਕਿਸ ਵੈਲੀ, ਕਿਸ ਵੈਲੀ, ਸੋ ਐਕਚੁਅਲ ਦੇ ਵਿੱਚ ਸਵਾਹਿਲੀ, ਸਵਾਹਿਲੀ ਇਹਦਾ ਨਾਮ ਹੈ। ਸੋ ਸਵਾਹਿਲੀ ਕੀ ਹੈ ਜੀ? ਟ੍ਰਾਈਬ ਹੈ ਇੱਕ, ਠੀਕ ਹੈ। ਸੋ ਇੱਥੋਂ ਦੇ ਲੋਕ ਉੱਥੋਂ ਦੀ ਭਾਸ਼ਾ ਬੋਲਦੇ ਨੇ ਜਿਹੜੀ, ਉਹਨੂੰ ਸਵਾਹਿਲੀ ਲੈਂਗੁਏਜ ਬੋਲਦੇ ਨੇ। ਸੋ ਕਿਸਵਾਲੀ ਲੈਂਗੁਏਜ ਜਿਹੜੀ ਹੋ ਗਈ ਉਹ ਡੇ ਹੋ ਗਿਆ। ਸੋ ਇਹ ਵਰਲਡ ਲੈਵਲ ਉੱਤੇ ਆਪਾਂ 7 ਜੂਨ ਨੂੰ ਸੈਲੀਬ੍ਰੇਟ ਕਰਦੇ ਹਾਂ, ਠੀਕ ਹੈ। ਸੋ ਬੇਸਿਕਲੀ ਇਹ ਲੈਂਗੁਏਜ ਕਿੱਥੋਂ ਦੀ ਹੈ? ਇਹ ਲੈਂਗੁਏਜ ਹੈਗੀ ਹੈ ਅਫਰੀਕਾ ਦੀ ਇੱਕ ਫੈਮਿਲੀ ਦੀ, ਅਫਰੀਕਾ ਦੀ ਇੱਕ ਲੈਂਗੁਏਜ ਹੈ, ਇੱਕ ਅਫਰੀਕਾ ਦੀ ਇੱਕ ਫੈਮਿਲੀ ਹੈ, ਕਿਸਵਾਲੀ ਜਾਂ ਸਵਾਹਿਲੀ ਲੈਂਗੁਏਜ ਹੈ, ਮਤਲਬ ਟ੍ਰਾਈਬ ਹੈ ਇੱਕ, ਠੀਕ ਹੈ। ਉੱਥੋਂ ਦੇ ਲੋਕ ਨੇ, ਉੱਥੋਂ ਦਾ ਇੱਕ ਪੁਰਾਣਾ ਲਾਈਕ ਇੱਕ ਲੋਕ ਨੇ ਉੱਥੋਂ ਦੇ, ਮਤਲਬ ਕਹਿ ਸਕਦੇ ਹੋ ਵੰਸ਼ ਡਾਇਨੈਸਟੀ ਉੱਥੋਂ ਦੀ, ਤਾਂ ਉਹਨਾਂ ਦੀ ਮੇਨ ਮੋਟਿਵ ਕੀ ਹੈ ਜੀ? ਐਜੂਕੇਸ਼ਨ ਅਤੇ ਕਲਚਰ ਨੂੰ ਦੇਖਣਾ ਪੀਸ 'ਤੇ, ਠੀਕ ਹੈ। ਇਸ ਵਾਰ ਦੀ ਥੀਮ ਹੈ, ਯੂਨੈਸਕੋ ਦੇ ਹੈੱਡਕੁਆਰਟਰ ਦੇ ਵਿੱਚ ਇਸ ਚੀਜ਼ ਨੂੰ ਸੈਲੀਬ੍ਰੇਟ ਕੀਤਾ ਗਿਆ। ਥਰਡ ਨੰਬਰ ਦਾ ਸੀਗਾ ਇਹ ਵਰਲਡ ਕਿਸਵਾਲੀ ਲੈਂਗੁਏਜ ਡੇ, ਠੀਕ ਹੈ। ਉਹ ਲੈਂਗੁਏਜ ਹੈ, ਉਸ ਚੀਜ਼ ਨੂੰ ਪ੍ਰਮੋਟ ਕਰਦੇ ਨੇ ਲੋਕ। ਦੇਖੋ ਸਿੰਪਲ ਜੀ ਗੱਲ ਹੈ, ਆਪਾਂ ਪੰਜਾਬੀ ਬੋਲ ਰਹੇ ਹਾਂ, ਪੰਜਾਬੀ ਹੁਣ ਮੋਸਟਲੀ ਹਰ ਕੰਟਰੀ ਦੇ ਵਿੱਚ ਪਾਏ ਜਾਂਦੇ ਨੇ, ਲੇਕਿਨ ਕੁਝ ਇਹੋ ਜਿਹੇ ਲੋਕ ਹੈਗੇ ਨੇ ਨਾ, ਉਹਨਾਂ ਦੀ ਲੈਂਗੁਏਜਸ ਨੇ ਜਿਹੜੀਆਂ ਉਹ ਦਿਨ ਹੁੰਦੇ ਨੇ, ਠੀਕ ਹੈ। ਜਿਵੇਂ ਆਪਣੀ ਪੰਜਾਬ ਦਾ ਵੀ ਦਿਨ ਹੁੰਦਾ, ਉਸੇ ਤਰੀਕੇ ਨਾਲ ਕਿਸਵਾਲੀ ਲੈਂਗੁਏਜ ਡੇ ਹੋ ਗਿਆ, ਅਫਰੀਕਨ ਲੈਂਗੁਏਜ ਡੇ ਹੋ ਗਿਆ, ਠੀਕ ਹੈ ਜੀ। ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਮੋਸਟਲੀ ਇਹ ਅਫਰੀਕਨ ਏਰੀਆ ਦੇ ਵਿੱਚ, ਸਭ ਸਹਾਰਨ ਅਫਰੀਕਾ ਜਿਹੜੀ ਹੈ ਕੰਟਰੀ, ਜਿਹੜਾ ਏਰੀਆ ਉੱਥੇ ਇਹ ਬੋਲੀ ਜਾਂਦੀ ਹੈ, ਠੀਕ ਹੈ। ਨੈਕਸਟ ਆ ਗਿਆ ਬਿਲਾਰਸ। ਸੋ ਬਿਲਾਰਸ ਜਿਹੜਾ, ਬਿਲਾਰਸ ਇੱਕ ਕੰਟਰੀ ਹੈ, ਇਹ ਯੂਰੋਪ ਦੀ ਕੰਟਰੀ ਹੈ। ਸੋ ਇਸ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਐਸ ਸੀ ਓ ਦੀ, ਇਹ 10ਵੀਂ ਮੈਂਬਰ ਬਣ ਚੁੱਕੀ ਹੈ, 9 ਮੈਂਬਰ ਨੇ ਉਹਦੇ ਵਿੱਚ, ਅਤੇ 10ਵੀਂ ਮੈਂਬਰ ਕੌਣ ਬਣ ਚੁੱਕਿਆ? ਬਿਲਾਰਸ ਬਣ ਚੁੱਕੀ ਹੈ। ਹਾਈਲਾਈਟਿੰਗ ਦਾ ਬਲੋਕਸ ਗਰੋਇੰਗ ਅਪੀਲ, ਸੋ ਬੇਸਿਕਲੀ ਉਹ ਕੀ ਕਰਨਗੇ, ਬਲੋਕ ਦੀ ਵੱਧਦੀ ਹੋਈ ਅਪੀਲ ਨੂੰ ਉਜਾਗਰ ਕਰਦਾ ਹੈ, ਕਹਿੰਦੇ ਜੀ, ਠੀਕ ਹੈ। ਦੇਖਦੇ ਹਾਂ, ਪੜ੍ਹਦੇ ਹਾਂ ਇਹ 'ਚ ਕੀ ਹੈ। ਬਿਲਾਰਸ ਜਿਹੜੀ ਇੱਕ ਕੰਟਰੀ ਹੈ, ਅਤੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਇੱਕ ਕੀ ਹੈ? ਆਰਗੇਨਾਈਜੇਸ਼ਨ ਹੈ। ਸੋ ਇਹ ਕੁਝ ਦੇਸ਼ਾਂ ਦਾ ਸਮੂਹ ਹੈ ਜਿਹਦੇ ਵਿੱਚ, ਜਿਹੜੀ ਚਾਈਨਾ ਦੇ ਵਿੱਚ ਹੈ ਸ਼ੰਘਾਈ, ਤਾਂ ਦਾ ਮੈਂਬਰਸ਼ਿਪ ਵਾਸ ਕਨਫਰਮਡ ਐਜ਼ 24th ਮੀਟਿੰਗ। ਇਹ 24th ਮੀਟਿੰਗ ਹੋਈ ਸੀ ਜੋ ਕਿ 4 ਜੁਲਾਈ ਨੂੰ ਅਸਤਾਨਾ, ਜੋ ਕਿ ਕਜ਼ਾਕਿਸਤਾਨ ਦੀ ਕੀ ਹੈ ਜੀ, ਕੈਪੀਟਲ। ਹੁਣ ਕਜ਼ਾਕਿਸਤਾਨ ਦੀ ਕੈਪੀਟਲ ਵੀ ਤੁਹਾਨੂੰ ਪਤਾ ਲੱਗ ਗਿਆ ਕੀ ਹੈ ਜੀ, ਅਸਤਾਨਾ।
ਉੱਥੇ 4 ਜੁਲਾਈ ਨੂੰ ਕੀ ਹੋਇਆ? ਹੁਣ ਇਹ ਸਬਮਿਟ ਵਾਲਾ ਕੁਐਸਚਨ ਵੀ ਇੰਪੋਰਟੈਂਟ ਹੋ ਸਕਦਾ ਕਿ ਇਹ 24th ਸਬਮਿਟ ਸੀ ਜਿਹੜੀ, ਇਹ ਮੀਟਿੰਗ ਸੀ ਜਿਹੜੀ ਕੌਂਸਲ ਆਫ ਹੈਡਸ ਆਫ ਦ ਸਟੇਟਸ ਆਫ ਐਸ ਸੀ ਈ ਓ ਦੇ ਜਿਹੜੇ ਮੈਂਬਰ ਸੀਗੇ ਉਹ ਸਾਰੇ ਉੱਥੇ ਇਕੱਠੇ ਹੋਏ ਸੀ, ਠੀਕ ਹੈ। ਸੋ ਇਸਟੈਬਲਿਸ਼ਡ ਜਿਹੜੀ ਸੀਗੀ 2001 ਦੇ ਵਿੱਚ ਸ਼ੰਘਾਈ ਜਿਹੜੀ ਬਣੀ ਸੀਗੀ, ਸ਼ੰਘਾਈ ਦੇ ਵਿੱਚ ਦਾ ਐਸ ਸੀ ਓ ਹੈਜ਼ ਗਰੋਨ ਫਰੋਮ 6 ਮੈਂਬਰ, ਸਭ ਤੋਂ ਪਹਿਲਾਂ ਇਹਦੇ ਵਿੱਚ 6 ਮੈਂਬਰ ਸੀ, ਟੂ ਟਰਾਂਸ ਰੀਜਨਲ ਆਰਗਨਾਈਜੇਸ਼ਨ ਵਿਦ 10 ਫੁੱਲ ਮੈਂਬਰਸ, ਠੀਕ ਹੈ, 2 ਓਬਜ਼ਰਵਰ ਕੰਟਰੀਜ਼ ਨੇ, 14 ਡਾਇਲੋਗ ਪਾਰਟਨਰਸ ਨੇ, ਠੀਕ ਹੈ। ਕੰਟਰੀਆਂ ਹੋਰ ਵੀ ਆਉਂਦੀਆਂ ਨੇ ਲੇਕਿਨ ਇਹਦੇ ਵਿੱਚ 10 ਫੁੱਲ ਟਾਈਮ ਮੈਂਬਰ ਬਣ ਚੁੱਕੇ ਨੇ। ਹੈੱਡਕੁਆਰਟਰ ਕਿੱਥੇ ਹੈ ਜੀ ਐਸ ਸੀ ਓ ਦਾ? ਕਿੱਥੇ ਹੈ ਜੀ? ਚਾਈਨਾ ਦੇ ਵਿੱਚ, ਬੀਜਿੰਗ ਦੇ ਵਿੱਚ, ਠੀਕ ਹੈ। ਅੱਗੇ ਅੱਗੇ ਬੈਲਾਰਸ ਕੰਟਰੀ ਬਾਰੇ ਦੇਖਿਆ ਤਾਂ ਯੂਰੋਪ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਲੋਕੇਟਡ ਹੈ ਬੈਲਾਰਸ, ਠੀਕ ਹੈ। ਸੋ ਕੈਪੀਟਲ ਕੀ ਹੈ ਮਿੰਸਕ? ਆਫੀਸ਼ੀਅਲ ਲੈਂਗੁਏਜ ਜਿਹੜੀ ਬੋਲੀ ਜਾਂਦੀ ਹੈ ਬੈਲਾਰੀਸ਼ੀਅਨਸ ਜਾਂ ਰਸ਼ੀਅਨ ਬੋਲੀ ਜਾਂਦੀ ਹੈ, ਕਿਉਂਕਿ ਰਸ਼ੀਆ ਦੇ ਬਿਲਕੁਲ ਨੇੜੇ ਹੋ ਗਿਆ, ਯੂਰੋਪ ਦੇ ਵਿੱਚ ਹੋ ਗਿਆ, ਬਿਲਕੁਲ ਹੱਦ ਦੇ ਦੇਖ ਲਓ ਤੁਸੀਂ, ਇਹ ਤੁਹਾਨੂੰ ਕਹਿ ਸਕਦੇ ਨੇ ਕਿ ਇਹ ਕਿਹੜੀ ਹੈ। ਮਤਲਬ ਮੈਪ ਨੂੰ ਸਮਝਣਾ ਬੜਾ ਇੰਟਰਸਟਿੰਗ ਹੁੰਦਾ, ਬਹੁਤ ਹੀ ਜ਼ਿਆਦਾ ਜ਼ਰੂਰੀ ਵੀ ਹੁੰਦਾ, ਕਿਉਂਕਿ ਜਦੋਂ ਆਪਾਂ ਮੈਪਸ ਦੇ ਜ਼ਰੀਏ ਪੜ੍ਹਦੇ ਹਾਂ ਨਾ ਬੇਟਾ ਜੀ, ਕਾਫੀ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਕਵਰ ਹੁੰਦੀਆਂ ਨੇ। ਜਿਵੇਂ ਕਿ ਤੁਸੀਂ ਇੱਥੇ ਦੇਖ ਲਓ ਕਿ ਜੇ ਅਗਰ ਕੋਈ ਪੁੱਛੇ ਕਿ ਮੈਡੀਟੇਰੀਅਨ ਸੀ ਦੇ ਨੇੜੇ ਹੈਗਾ ਕਿ ਬਲੈਕ ਸੀ ਦੇ ਨੇੜੇ ਹੈ, ਠੀਕ ਹੈ, ਕਿ ਨਾਰਥ ਸੀ ਦੇ ਨੇੜੇ ਹੈ, ਠੀਕ ਹੈ, ਤਾਂ ਬੇ ਆਫ ਬਸਕੀ ਇੱਥੇ ਹੈ, ਇੰਗਲਿਸ਼ ਚੈਨਲ ਇੱਥੇ ਹੈ, ਸਟੇਟ ਆਫ ਗਿਬਰੇਟਰ ਇੱਥੇ ਹੈ, ਮੋਰੱਕੋ ਇੱਥੇ ਹੈ, ਹੈ ਨਾ, ਏਸ਼ੀਆ ਇੱਥੇ ਆ, ਕਜ਼ਾਕਿਸਤਾਨ ਦੇਖੋ ਇਸ ਜਗ੍ਹਾ ਦੇ ਉੱਤੇ ਲੋਕੇਟਡ, ਠੀਕ ਹੈ, ਤਾਂ ਤੁਸੀਂ ਇਸ ਚੀਜ਼ ਨੂੰ ਸਮਝ ਸਕਦੇ ਹੋ। ਸੋ ਉਹ ਵੀ ਇੱਕ ਕੰਟਰੀ ਹੈ ਜਿਹੜੀ ਐਸ ਸੀ ਓ ਦਾ ਪਾਰਟ ਬਣ ਚੁੱਕੀ ਹੈ। ਕਿੱਥੇ ਬਣੀ ਹੈ? ਕਜ਼ਾਕਿਸਤਾਨ ਦੇ ਵਿੱਚ 24th ਨੰਬਰ ਦੀ ਮੀਟਿੰਗ ਹੋਈ ਸੀ। ਪਾਪੂਲੇਸ਼ਨ ਜੀ ਲਗਭਗ 92 ਲੱਖ ਹੈ 2022 ਤੱਕ ਦੀ। ਪ੍ਰੈਜ਼ੀਡੈਂਟ ਸਾਹਿਬ ਉੱਥੇ ਦੇ ਹੈਗੇ ਨੇ ਅਲੈਗਜ਼ੈਂਡਰ, ਅਤੇ ਕਰੰਸੀ ਹੈਗੀ ਬਿਲਰਸ ਰੂਬਲ, ਰੂਬਲ ਕਰੰਸੀ ਜਿਹੜੀ ਉੱਥੋਂ ਦੀ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਰਸ਼ੀਆ। ਹੁਣ ਰਸ਼ੀਆ ਕੀ ਕਰਨ ਜਾ ਰਿਹਾ? ਰਸ਼ੀਆ ਕਹਿੰਦਾ ਜੀ 2033 ਤੱਕ ਨਾ ਔਰਬਿਟਲ ਸਟੇਸ਼ਨ ਹੈ ਜਿਹੜਾ ਉਹਨੂੰ ਮਨਜ਼ੂਰੀ ਦਿੱਤੀ ਹੈ ਜੀ, ਉੱਥੇ ਅਸੀਂ ਪਲਾਨ ਕਰ ਲਵਾਂਗੇ, ਔਰਬਿਟਲ ਸਟੇਸ਼ਨ ਇੱਕ ਬਣਾਵਾਂਗੇ ਉੱਥੇ, ਰਸ਼ੀਆ ਨੇ ਅਪਰੂਵ ਕੀਤਾ 2033 ਤੱਕ, ਠੀਕ ਹੈ। ਇੰਡੀਆ ਨੇ ਵੀ ਕੁਛ ਕੀਤਾ, ਉਹ ਵੀ ਦੇਖਾਂਗੇ। ਸੋ ਰਸ਼ੀਆ ਦੀ ਜਿਹੜੀ ਸਪੇਸ ਏਜੰਸੀ ਹੈ ਰੋਸਕੋਸਮੋਸ, ਇਹਨੇ ਅਪਰੂਵ ਕੀਤਾ ਕਿ 2033 ਤੱਕ ਅਸੀਂ ਰਸ਼ੀਅਨ ਔਰਬਿਟਲ ਸਟੇਸ਼ਨ ਹੈ ਜਿਹੜਾ ਉਹ ਬਣਾਵਾਂਗੇ, ਉਹ ਕ੍ਰੀਏਟ ਹੋ ਜੂਗਾ, ਇਹ ਸ਼ਡਿਊਲ ਕੀਤਾ ਗਿਆ, ਇੰਕਲੂਡਿੰਗ ਮਾਡਲ ਕੰਸਟਰਕਸ਼ਨ ਹੋਊਗੀ ਉੱਥੇ, ਨਿਊ ਜਨਰੇਸ਼ਨ ਮੈਂਡ ਸਪੇਸਸ਼ਿਪ ਟੈਸਟ ਵੀ ਹੋਇਆ ਕਰਨਗੇ, ਅਰਥ ਬੇਸਡ ਸਪੇਸ ਇਨਫਰਾਸਟਰਕਚਰ ਵੀ ਉੱਥੇ ਹੈਗਾ, ਤਾਂ ਸਾਰਾ ਕੁਝ ਅਸੀਂ ਕਰ ਦਾਂਗੇ। ਅਤੇ ਕਹਿੰਦੇ ਜੀ ਸਾਇੰਸ ਐਂਡ ਐਨਰਜੀ ਮਾਡਲਸ ਵਿਲ ਲਾਂਚ 2027 ਤੱਕ, ਸਾਇੰਸ ਅਤੇ ਐਨਰਜੀ ਦੇ ਮਾਡਲਸ ਨੇ ਜਿਹੜੇ ਉਹ ਵੀ ਲਾਂਚ ਹੋ ਜਾਣਗੇ, ਫੋਲੋਡ ਬਾਏ ਦਾ ਕੋਰ ਮਾਡਲ ਜਿਹੜੇ ਕਿ 2030 ਦੇ ਵਿੱਚ ਹੋਣਗੇ, ਅਤੇ ਐਡੀਸ਼ਨਲ ਟਾਰਗੇਟਸ ਜਿਹੜੇ ਨੇ 2033 ਤੱਕ ਸਾਰਾ ਕੁਝ ਪਲਾਨ ਹੋ ਜੂਗਾ। ਇਹਦਾ ਜੇ ਆਪਾਂ ਖਰਚੇ ਦੀ ਗੱਲ ਕਰਦੇ ਹਾਂ 608.9 ਬਿਲੀਅਨ ਰੂਬਲਸ ਨੇ ਜਿਹੜੇ ਉਹ ਖਰਚੇ ਨੇ ਰਸ਼ੀਆ। ਸੋ ਰਸ਼ੀਆ ਦੇ ਵਿੱਚ ਰਸ਼ੀਅਨ ਜਿਹੜੀ ਹੈ ਕਰੰਸੀ ਉਹੀ ਯੂਜ਼ ਹੋਊਗੀ, ਠੀਕ ਹੈ, ਤਾਂ ਤੁਸੀਂ ਸਮਝ ਸਕਦੇ ਹੋ ਸਾਰਾ ਕੰਸੈਪਟ ਕੀ ਹੈ। ਇਸ ਤੋਂ ਬਾਅਦ ਰਸ਼ੀਆ ਦੇ ਬਾਰੇ ਗੱਲ ਕਰ ਲਈ ਹੈ, ਤਾਂ ਕੈਪੀਟਲ ਕੀ ਹੈ ਜੀ? ਤਹਿਰਾਨ। ਰਸ਼ੀਆ ਤੁਹਾਨੂੰ ਪਤਾ ਹੀ ਹੈ ਕਿੱਥੇ ਲੋਕੇਟਡ ਹੈ, ਕੁਛ ਇਸ ਜਗ੍ਹਾ ਦੇ ਉੱਤੇ ਹੈ। ਪ੍ਰੈਜ਼ੀਡੈਂਟ ਸਾਹਿਬ ਮੁਹੰਮਦ ਮੁਕਬਰ ਅਲੀ ਖੰਬੇਰ, ਠੀਕ ਹੈ, ਅਲੀ ਖੰਬੇਰ ਨੇ, ਅਤੇ ਉਸ ਤੋਂ ਬਾਅਦ ਆਫੀਸ਼ੀਅਲ ਲੈਂਗੁਏਜ ਪਰਸ਼ੀਅਨ ਬੋਲੀ ਜਾਂਦੀ ਹੈ। ਪਾਪੂਲੇਸ਼ਨ 8.86 ਕਰੋੜ, ਠੀਕ ਹੈ, ਲਗਭਗ ਤਾਂ ਤੁਹਾਨੂੰ ਪਤਾ ਹੀ ਹੈ ਏਸ਼ੀਆ ਬਿਲਕੁਲ ਆਪਣੇ ਇੰਡੀਆ ਦੇ ਐਵੇਂ ਕਰਕੇ ਉੱਪਰ ਆ ਗਿਆ, ਇੰਡੀਆ ਤੋਂ ਬਾਅਦ ਚਾਈਨਾ ਆ ਗਿਆ ਹੈ ਨਾ, ਤਾਂ ਉਸ ਤੋਂ ਬਾਅਦ ਇੱਥੋਂ ਲਿੰਕ ਹੈਗਾ ਇਹਦਾ ਚਾਈਨਾ ਨਾਲ, ਠੀਕ ਹੈ। ਅੱਗੇ ਆ ਗਿਆ LIC ਦੇ ਚੇਅਰਮੈਨ ਬਣਾਏ ਗਏ ਨੇ ਸਿਧਾਰਥ ਮੋਹੰਤੀ ਜੀ, ਦੁਬਾਰ ਤੋਂ ਰੀਡਿਜ਼ਾਈਨਡ ਕੀਤਾ, ਰੀਡੈਜ਼ੀਗਨੇਟਡ ਕੀਤਾ MD ਐਂਡ CEO, ਠੀਕ ਹੈ। ਨਾਮ ਯਾਦ ਰੱਖਣਾ ਸਿਧਾਰਥ ਮੋਹੰਤੀ ਦਾ ਨਾਮ ਯਾਦ ਰੱਖਿਓ, LIC ਦੇ ਨਾਮ ਜੋੜ ਦਿਓ, ਬਸ ਇਹ ਯਾਦ ਰੱਖਿਓ, ਠੀਕ ਹੈ ਜੀ। LIC ਦੇ ਵਿੱਚ ਰੀਅਪੁਆਇੰਟ ਕੀਤਾ ਗਿਆ, ਰੀਡੈਜ਼ੀਗਨੇਟਡ ਦਿੱਤਾ ਗਿਆ ਇਹ ਚੇਅਰਮੈਨ ਸਿਧਾਰਥ ਮੋਹੰਤੀ ਜੀ ਨੂੰ, ਠੀਕ ਹੈ ਜੀ। 30 ਜੂਨ 2024 ਤੋਂ ਇਫੈਕਟ 'ਚ ਨੇ, ਅਤੇ 7 ਜੂਨ 2025 ਤੱਕ ਇਹਨਾਂ ਦਾ ਰੋਲ ਹੈ ਜਿਹੜਾ ਉਹ ਅੱਗੇ ਚੱਲੂਗਾ, ਠੀਕ ਹੈ। LIC ਫਾਊਂਡ ਕਦੋਂ ਹੋਈ ਸੀ? 1 ਸਪਟੰਬਰ 1956 ਦੇ ਵਿੱਚ ਫਾਊਂਡ ਹੋਈ ਸੀ। ਹੈੱਡਕੁਆਟਰ ਜੇ ਆਪਾਂ ਗੱਲ ਕਰਦੇ ਹਾਂ ਮੁੰਬਈ ਦੇ ਵਿੱਚ ਹੈ ਬੇਟਾ ਜੀ, ਅਤੇ ਇਟ ਇਜ਼ ਅ ਇੰਡੀਆਜ਼ ਲਾਰਜੈਸਟ ਇੰਸ਼ੋਰੈਂਸ ਕੰਪਨੀ।
ਇੰਡੀਆ ਦੀ ਸਭ ਤੋਂ ਲਾਰਜੈਸਟ ਜੇ ਇੰਸ਼ੋਰੈਂਸ ਕੰਪਨੀ ਦੀ ਗੱਲ ਕਰਦੇ ਹਾਂ ਉਹ ਸਾਡੇ ਸਾਹਮਣੇ ਕਿਹੜੀ ਆਉਂਦੀ ਹੈ? ਐਲ ਆਈ ਸੀ। ਸੋ ਐਲ ਆਈ ਸੀ ਰਿਲੇਟਡ ਜੋ ਵੀ ਅਗਰ ਕੋਈ ਕੁਸ਼ਚਨ ਜਾਂ ਅਗਰ ਕੋਈ ਤੁਹਾਡੇ 'ਚ ਕੋਈ ਫੋਰਮ ਭਰਦਾ ਐਲ ਆਈ ਸੀ ਰਿਲੇਟਡ ਤਾਂ ਉਹਦੇ ਲਈ ਬੜੇ ਮਹੱਤਵਪੂਰਨ ਕੁਸ਼ਚਨ ਹੁੰਦੇ ਨੇ ਇਹ ਐਲ ਆਈ ਸੀ ਅਪੁਆਇੰਟਮੈਂਟ, ਠੀਕ ਹੈ ਜੀ। ਨੈਕਸਟ ਆ ਗਿਆ ਇਰਾਨੀਅਨ। ਇਰਾਨੀਅਨ ਦੇ ਇੱਕ ਰੀਫੋਰਮਿਸਟ ਸੀਗੇ ਜੀ ਜਿਹਨਾਂ ਦਾ ਨਾਮ ਹੈ ਮਸੂਦ ਪਜ਼ੇਖਿਆਨ, ਠੀਕ ਹੈ, ਪਜ਼ੇਖਿਆਨ, ਠੀਕ ਹੈ। ਇਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਜਿਹੜੇ ਇਲੈਕਸ਼ਨ ਨੇ ਉਹ ਜਿੱਤੇ ਨੇ, ਨਾਮ ਥੋੜ੍ਹੇ ਜਿਹੇ ਅਲੱਗ ਹੁੰਦੇ ਨੇ, ਪਜ਼ੇਖਿਆਨ, ਪਜ਼ੇਖਿਆਨ ਜਿਹੜੇ ਨੇ ਮਸੂਦ ਪਜ਼ੇਖਿਆਨ ਉਹ ਰਾਸ਼ਟਰਪਤੀ ਦੀ ਚੋਣ ਜਿੱਤ ਚੁੱਕੇ ਨੇ ਇਰਾਨ ਦੇ ਵਿੱਚ, ਠੀਕ ਹੈ। ਤਾਂ ਇਹ ਚੀਜ਼ ਧਿਆਨ ਰੱਖਣੀ ਆ। ਇਰਾਨ ਦੇ ਹੁਣੇ ਜੇ ਰੀਸੈਂਟਲੀ ਇੱਕ ਲਾਈਕ ਇੱਕ ਪੋਲੀਟੀਸ਼ੀਅਨ ਕਹਿ ਲਓ, ਪ੍ਰੈਜ਼ੀਡੈਂਟ ਕਹਿ ਲਓ, 8ਵੇਂ ਤਾਂ ਲਿਖ ਵੀ ਰੱਖਿਆ ਮੈਨੇ, 8th ਪ੍ਰੈਜ਼ੀਡੈਂਟ ਨੇ ਇਰਾਨ ਦੇ ਜਿਹੜੇ 2021 ਤੋਂ ਲੈ ਕੇ 2024 ਤੱਕ ਸੀਗੇ, ਉਹਨਾਂ ਦਾ ਹੈਲੀਕਾਪਟਰ ਦੇ ਵਿੱਚ ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ, ਦੇਹਾਂਤ ਹੋ ਗਿਆ ਸੀ, ਉਹਨਾਂ ਦਾ ਡੈਥ ਹੋ ਗਈ ਸੀ। ਜਿਹਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਇਬਰਾਹਿਮ ਰਈਸੀ ਸੀਗੇ ਉਹ, ਠੀਕ ਹੈ, ਅਤੇ ਜਿਸ ਤੋਂ ਬਾਅਦ ਇੱਕ ਨਵੇਂ ਹੋਰ ਵੀ ਅਪੁਆਇੰਟ ਕੀਤਾ ਸੀ ਇੰਟੈਰਿਮ ਜੇ ਆਪਾਂ ਗੱਲ ਕਰਦੇ ਪ੍ਰੈਜ਼ੀਡੈਂਟ, ਲੇਕਿਨ ਹੁਣ ਕੌਣ ਬਣਗੇ ਜੀ? ਪਜ਼ੇਖਿਆਨ, ਪਜ਼ੇਖਿਆਨ ਬਣੇਗੇ ਹੁਣ ਨਵੇਂ ਕੀ ਪ੍ਰੈਜ਼ੀਡੈਂਟ, ਠੀਕ ਹੈ। ਮਸੂਦ ਪਜ਼ੇਖਿਆਨ ਦਾ ਨਾਮ ਤੁਸੀਂ ਯਾਦ ਰੱਖਣਾ, ਇਹ ਬਸ ਇੰਪੋਰਟੈਂਟ ਫੈਕਟ ਹੈ, ਜਿਹਨੇ ਇੰਨਾ ਪੜ੍ਹਨ ਦੀ ਲੋੜ ਨਹੀਂ ਹੈ, ਬਟ ਮੈਂ ਤੁਹਾਨੂੰ ਤਾਂ ਹਲਕਾ ਜਿਹਾ ਦੱਸਤਾ ਕਿ ਨਾਮ ਕੀ ਯਾਦ ਰੱਖਣਾ ਹੈ, ਪ੍ਰੈਜ਼ੀਡੈਂਟ ਕੰਟਰੀ ਨਾਮ ਯਾਦ ਰੱਖਣਾ, ਬਸ ਆਹ ਚੀਜ਼ਾਂ ਨੇ ਨਾ। ਤੋ ਇਰਾਨ ਦੀ ਕੈਪੀਟਲ ਜਿਹੜੀ ਹੈਗੀ ਤਹਿਰਾਨ ਆ, ਅਤੇ ਆਪਾਂ ਪ੍ਰੈਜ਼ੀਡੈਂਟ ਸਾਹਿਬ ਦੀ ਗੱਲ ਕਰਦੇ ਹਾਂ ਮੁਹੰਮਦ, ਯਾਰ ਮੈਨੂੰ ਲੱਗਦਾ ਮੈਂ ਗਲਤ ਲਿਖਤਾ ਥੋੜ੍ਹਾ ਜਿਹਾ, ਇਰਾਨ ਦੀ ਨਾ ਇੱਥੇ ਮੈਂ ਥੋੜ੍ਹਾ ਜਿਹਾ ਗੜਬੜ ਕਰ ਗਿਆ ਥੋੜ੍ਹੀ ਜੀ, ਹਾਂ ਇੱਥੇ ਮੈਂ ਹਲਕੀ ਜਿਹੀ ਗੜਬੜ ਕਰਤਾ, ਠੀਕ ਹੈ। ਸੋ ਆਹ ਜਿਹੜੇ ਫੈਕਟ ਨੇ ਨਾ ਇਹ ਯਾਦ ਰੱਖਿਓ, ਮੈਂ ਕਨਫਿਊਜ਼ ਹੋ ਰਿਹਾ ਸੀ ਥੋੜ੍ਹਾ ਜਿਹਾ, ਲੇਕਿਨ ਇਹ ਜਿਹੜੇ ਨੇ ਰਸ਼ੀਆ ਦੇ ਫੈਕਟ ਨੇ ਤਾਂ ਇਹਨੂੰ ਥੋੜ੍ਹਾ ਜਿਹਾ ਭੁੱਲ ਜਾਓ, ਠੀਕ ਹੈ, ਫਿਲਹਾਲ ਲਈ, ਕਿਉਂਕਿ ਰਸ਼ੀਆ ਬਾਰੇ ਲਿਖ ਕੇ ਮੈਂ ਥੋੜ੍ਹਾ ਜਿਹਾ ਗਲਤ ਕਰਤਾ। ਤਾਂ ਇੱਥੋਂ ਇਰਾਨ ਬਿਲਕੁਲ ਸਹੀ ਹੈ, ਇਰਾਨ ਦੇ ਜਿਹੜੇ ਪੁਰਾਣੇ ਕੈਪੀਟਲ ਪ੍ਰੈਜ਼ੀਡੈਂਟ ਸੀ ਨਾ ਉਹ ਆਹ ਸੀਗੇ ਜੀ ਮੁਹੰਮਦ ਮਕਬੂਲ। ਤਾਂ ਇਹ ਕੌਣ ਸੀਗੇ? ਇਰਾਨ ਦੇ ਪੁਰਾਣੇ ਪ੍ਰੈਜ਼ੀਡੈਂਟ ਸਾਹਿਬ ਸੀਗੇ, ਠੀਕ ਹੈ, ਪ੍ਰੈਜ਼ੀਡੈਂਟ ਸੀਗੇ ਇੰਟੈਰਿਮ, ਥੋੜ੍ਹੀ ਦੇਰ ਲਈ ਰੱਖੇ ਸੀ ਜਦੋਂ ਡੈਥ ਹੋ ਗਈ ਸੀ ਨਾ ਉਹਨਾਂ ਦੀ, ਆਪਣੇ ਕਿਆ ਨਾਮ ਹੈ ਇਬਰਾਹਿਮ ਰਾਈਸੀ ਦੀ, ਤਾਂ ਉਹਨਾਂ ਦੀ ਡੈਥ ਤੋਂ ਬਾਅਦ ਮੁਹੰਮਦ ਮੁਖਬੀਰ ਜੀ ਨੂੰ ਰੱਖਿਆ ਗਿਆ, ਲੇਕਿਨ ਹੁਣ ਤੁਹਾਨੂੰ ਪਤਾ ਲੱਗ ਹੀ ਚੁੱਕਿਆ ਕਿ ਕੌਣ ਜਿੱਤ ਚੁੱਕੇ ਨੇ, ਠੀਕ ਹੈ। ਅਲੀ ਖੈਮੇਨੀ ਜਿਹੜੇ ਨੇ ਉੱਥੇ ਸੁਪਰੀਮ ਲੀਡਰ ਨੇ, ਆਫਿਸ਼ੀਅਲ ਲੈਂਗੁਏਜ ਉੱਥੇ ਪਰਸ਼ੀਅਨ ਬੋਲੀ ਜਾਂਦੀ ਹੈ, ਠੀਕ ਹੈ। ਤਾਂ 8.86 ਕਰੋੜ ਲਗਭਗ ਕੀ ਹੈ ਜੀ ਇਰਾਨ ਦੀ ਪਾਪੂਲੇਸ਼ਨ, ਠੀਕ ਹੈ। ਮੈਨੂੰ ਵੀ ਲੱਗਿਆ ਸੀ ਮੈਂ ਏਸ਼ੀਆ ਬਾਰੇ ਥੋੜ੍ਹਾ ਜਿਹਾ ਗਲਤ ਪੜ੍ਹ ਰਿਹਾ, ਲੇਕਿਨ ਚਲੋ ਪੜ੍ਹਦੇ ਪੜ੍ਹਦੇ ਹੋ ਜਾਂਦੀ ਮਿਸਟੇਕ। ਤਾਂ ਇੰਡੀਆ ਅਤੇ ਬੰਗਲਾਦੇਸ਼ ਨੇ ਇੱਕ ਗੰਗਾ ਦੀ ਟ੍ਰੀਟੀ ਨੂੰ ਰੀਨਿਊ ਕੀਤਾ, ਠੀਕ ਹੈ, ਨਵੀਂਕਰਨ ਕੀਤਾ ਜੀ। ਸੋ ਬੇਸਿਕਲੀ ਜੇ ਆਪਾਂ ਗੱਲ ਕਰਦੇ ਹਾਂ ਐਚ ਡੀ ਦੇਵੇ ਗੋਵੜਾ ਜਿਹੜੇ ਸੀਗੇ ਸਾਡੇ PM ਰਹਿ ਚੁੱਕੇ ਨੇ ਬੰਗਲਾਦੇਸ਼ ਦੇ, ਉਦੋਂ ਸ਼ੇਖ ਹਸੀਨਾ ਸੀਗੇ ਉਦੋਂ ਟਾਈਮ, ਤਾਂ ਉਹਨਾਂ ਨੇ 1996 ਦੇ ਵਿੱਚ ਇਹ ਟ੍ਰੀਟੀ ਕੀਤੀ ਸੀ ਜਿਹਨੂੰ ਹੁਣ ਦੁਬਾਰਾ ਤੋਂ ਰੀਨਿਊ ਕੀਤਾ ਗਿਆ। ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ, ਇੰਡੀਆ ਅਤੇ ਬੰਗਲਾਦੇਸ਼ ਦੇ ਵਿੱਚ 55 ਰਿਵਰਸ ਨੇ ਜਿਹੜੀਆਂ ਸ਼ੇਅਰ ਹੁੰਦੀਆਂ ਨੇ, ਠੀਕ ਹੈ, ਗੰਗਾ ਉਹਨਾਂ ਵਿੱਚੋਂ ਇੱਕ ਹੈ। ਅਤੇ ਅਵੇਲੇਬਿਲਟੀ ਦੀ ਜੇ ਆਪਾਂ ਗੱਲ ਕਰਦੇ 70,000 ਕਿਊਬਿਕ ਸੈਕਿੰਡਸ ਜੇ ਆਪਾਂ ਗੱਲ ਕਰਾਂ ਕਿਊਬਿਕ ਫਲੋ, ਇਹ ਫਲੋ ਹੁੰਦਾ ਵੀ ਇੰਨਾ ਫਲੋ ਪਾਣੀ ਦਾ ਉੱਧਰ ਜਾਂਦਾ, ਇੰਨਾ ਫਲੋ ਉੱਧਰ ਜਾਂਦਾ, ਠੀਕ ਹੈ। ਤਾਂ ਜੇ 75 ਤੋਂ ਲੈ ਕੇ 75 ਦੀ ਅਵੇਲੇਬਿਲਟੀ ਕਰਦੇ ਹਾਂ ਕਿ ਪਾਣੀ ਇੰਨਾ ਹੈਗਾ, ਤਾਂ 35 ਕਿਹਨੂੰ ਕੋਲ ਜਾਊਗਾ ਜੀ? ਬੰਗਲਾਦੇਸ਼ ਕੋਲ ਜਾਊਗਾ। ਜੇ 75 ਤੋਂ ਜੇ 75 ਦੇ ਤੋਂ ਜ਼ਿਆਦਾ ਆ, ਫਿਰ 40 ਪਹਿਲਾਂ ਇੰਡੀਆ ਨੂੰ ਦਿੰਦੇ ਨੇ, ਬਾਕੀ ਬਚਿਆ ਹੋਇਆ ਬੰਗਲਾਦੇਸ਼ ਨੂੰ ਦੇ ਦਿੰਦੇ ਨੇ, ਠੀਕ ਹੈ। ਤਾਂ ਇਹ ਚੀਜ਼ ਦਾ ਤੁਸੀਂ ਧਿਆਨ ਰੱਖਣਾ, ਇੰਡੀਆ ਅਤੇ ਬੰਗਲਾਦੇਸ਼ ਵਿੱਚ ਰੀਨਿਊ ਕੀਤੀ ਗਈ ਹੈ ਗੰਗਾ ਦੀ ਟ੍ਰੀਟੀ। ਇਸਰੋ ਦੇ ਚੇਅਰਮੈਨ ਸਾਹਿਬ ਨੇ ਅਨਾਊਂਸ ਕੀਤਾ ਕਿ ਕੰਪੀਟੀਸ਼ਨ ਦੇ ਵਿੱਚ ਅਸੀਂ ਵੀ ਆ ਗਏ, ਕਿਉਂਕਿ ਕੰਪਲੀਸ਼ਨ ਆ ਜਿਹੜਾ ਇੰਡੀਅਨ ਸਪੇਸ ਸਟੇਸ਼ਨ ਜਿਹੜਾ ਡਿਜ਼ਾਈਨ ਦਾ ਉਹ ਹੋ ਚੁੱਕਾ ਹੈ। ਇਹ ਕਹਿੰਦੇ ਜੀ ਅਸੀਂ ਵੀ ਡਿਜ਼ਾਈਨ ਕਰ ਲਿਆ ਜੀ, ਰਸ਼ੀਆ ਤੋਂ ਵੀ ਪਿੱਛੇ ਨਹੀਂ ਰਹਿ ਗਏ ਅਸੀਂ। ਇਸਰੋ ਦੇ ਚੇਅਰਮੈਨ ਸਾਹਿਬ ਨੇ ਇਸ ਚੀਜ਼ ਨੂੰ ਕੀ ਕੀਤਾ ਜੀ, ਅਨਾਊਂਸ ਕੀਤਾ, ਠੀਕ ਹੈ। ਸੋ ਇੰਡੀਆ ਸਪੇਸ ਸਟੇਸ਼ਨ ਆਫੀਸ਼ੀਅਲੀ ਕਾਲਡ ਭਾਰਤੀਯ ਅੰਤਰਿਕਸ਼ ਸਟੇਸ਼ਨ ਇਜ਼ ਟੂ ਬੀ ਕੰਸਟਰਕਟਿਡ ਐਂਡ ਓਪਰੇਟਡ ਬਾਈ ਇਸਰੋ। ਦਾ ਸਪੇਸ ਸਟੇਸ਼ਨ ਇਜ਼ ਡਿਵਾਈਡਡ ਇੰਟੂ 5 ਯੂਨਿਟ, 5 ਯੂਨਿਟਾਂ ਦੇ ਵਿੱਚ ਵੰਡਿਆ ਗਿਆ ਉਹਨੂੰ, ਠੀਕ ਹੈ। ਦਾ ਪਲਾਨ ਜਿਹੜਾ ਕੀ ਗੱਲ ਕਹਿ ਵੀ ਕਹਿੰਦੇ ਪਹਿਲੇ 2 ਯੂਨਿਟ ਨੇ ਜਿਹੜੇ ਪਹਿਲੇ ਉਹ ਅਸੀਂ ਲਾਂਚ ਕਰ ਦਾਂਗੇ ਲਾਂਚ ਵਹੀਕਲ Mark 3 ਦੇ ਜ਼ਰੀਏ, ਰਿਮੇਨਿੰਗ 3 ਯੂਨਿਟਸ ਆਰ ਬਿਗਰ,
ਅਤੇ ਐਂਡ ਵਿਲ ਨੀਡ ਨਿਊ ਜਨਰੇਸ਼ਨ ਲਾਂਚ ਵਹੀਕਲ। ਇਸ ਤੋਂ ਬਾਅਦ ਜਿਹੜੇ ਨਵੇਂ ਅੱਗੇ 3 ਯੂਨਿਟ ਨੇ ਉਹ ਅਸੀਂ ਨਵੇਂ ਵਹੀਕਲ ਨੂੰ ਬਣਾਵਾਂਗੇ ਤਾਂ ਉਹਦੇ 'ਤੇ ਅਸੀਂ ਲਾਂਚ ਕਰਾਂਗੇ। ਇਸਰੋ ਦੀ ਪਲੈਨਿੰਗ ਜਿਹੜੀ ਹੈਗੀ ਹੈ ਸਪੇਸ ਸਟੇਸ਼ਨ ਨੂੰ ਰੈਡੀ ਕਰਨ ਦੀ ਉਹ 2028 ਤੱਕ ਦਾ 28 ਤੱਕ ਕਹਿ ਰਿਹਾ ਕਿ ਇਸਰੋ ਅਸੀਂ ਕਰ ਦਾਂਗੇ, ਪਲਾਨ ਕਰ ਦਾਂਗੇ, ਠੀਕ ਹੈ, ਪ੍ਰੋਪਰ ਰੈਡੀ ਕਰ ਦਾਂਗੇ। ਠੀਕ ਹੈ ਜੀ, ਅੱਗੇ ਆ ਗਿਆ ਰਾਈਟਰਸ, ਰਾਈਟਰ ਸ਼ਿਵਾ ਸ਼ੰਕਰੀ, ਸ਼ਿਵਾ ਸ਼ੰਕਰੀ ਰਾਈਟਰ ਆ ਜਿਹੜੇ, ਉਹਨਾਂ ਨੂੰ ਡਾਕਟਰ ਸੀ ਨਾਰਾਇਣ ਰੈੱਡੀ ਲਿਟਰੇਰੀ ਅਵਾਰਡ ਆ ਜਿਹੜਾ ਉਹਦੇ ਨਾਲ ਸਨਮਾਨਿਤ ਕੀਤਾ ਗਿਆ, ਲੇਖਕ ਸ਼ਿਵਾ ਸ਼ੰਕਰੀ ਜੀ ਨੂੰ, ਸ਼ਿਵਾ ਸ਼ੰਕਰੀ। ਤਾਂ ਧਿਆਨ ਰੱਖਣਾ, ਸ਼ਿਵਾ ਸ਼ੰਕਰੀ ਹੈਜ਼ ਬੀਨ ਇਲੈਕਟਿਡ ਸਿਲੈਕਟਿਡ ਫੋਰ ਡਾਕਟਰ ਸੀ ਨਾਰਾਇਣ ਰੈੱਡੀ ਨੈਸ਼ਨਲ ਲਿਟਰੇਰੀ ਅਵਾਰਡ ਵਿੱਚ ਇੰਕਲੂਡ, ਜਿਹਦੇ ਵਿੱਚ 5 ਲੱਖ ਦੀ ਕੈਸ਼ ਪ੍ਰਾਈਜ਼ ਹੈ। ਇਸ ਤੋਂ ਬਾਅਦ ਮੋਮੈਂਟੋ ਵੀ ਦਿੱਤਾ ਜਾਊਗਾ, ਇੱਕ ਸ਼ਾਲ ਦਿੱਤੀ ਜਾਊਗੀ। ਇਹਨਾਂ ਨੇ 36 novels, 48 mini novels, 150 stories, 15 ਟਰੈਵਲ ਲੌਗਸ ਨੇ ਜਿਹੜੇ ਉਹ ਲਿਖੇ ਨੇ, ਠੀਕ ਹੈ, ਤਾਂ ਛੋਟੀ ਸਟੋਰੀਜ਼ ਹੁੰਦੀਆਂ ਨੇ। 2 biographies ਵੀ ਹੈਗੀਆਂ ਨੇ ਤਮਿਲਨਾਡੂ ਦੇ ਵਿੱਚ, ਤਮਿਲ ਦੇ ਵਿੱਚ, ਤਾਂ ਇਹ ਵੀ ਚੀਜ਼ ਇਹਨਾਂ ਬਾਰੇ ਜਾਣਕਾਰੀ ਤੁਹਾਨੂੰ ਮੈਂ ਦੱਸ ਦਿੱਤਾ, ਠੀਕ ਹੈ। ਨੈਕਸਟ ਆ ਗਿਆ ਜੀ ਮਲਟੀਪਲ ਚੋਇਸ ਕੁਸ਼ਚਨ। ਸੋ MCQs ਦੇ ਵਿੱਚ ਸਭ ਤੋਂ ਪਹਿਲਾਂ ਕੁਸ਼ਚਨ ਆ ਗਿਆ, ਨੈਸ਼ਨਲ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਡਿਕਲੇਅਰ ਦਾ ਮਾਈਕਾ ਮਾਈਨ। ਸੋ ਮਾਈਕਾ ਇੱਕ ਮਿਨਰਲ ਹੁੰਦਾ ਹੈ ਜਿਹਦੇ ਵਿੱਚ ਖਤਰਾ ਹੁੰਦਾ ਬੱਚਿਆਂ ਨੂੰ, ਤਾਂ ਉਹਨਾਂ ਨੇ ਚਾਈਲਡ ਲੇਬਰ ਫ੍ਰੀ ਕਰ ਦਿੱਤਾ ਉਸ ਜਗ੍ਹਾ ਨੂੰ, ਤਾਂ ਉਹ ਕਿਹੜੀ ਜਗ੍ਹਾ ਜੀ? ਸੋ ਆਂਸਰ ਆਜੂਗਾ ਬੀ, ਆਂਸਰ ਆਜੂਗਾ ਬੀ ਆਂਸਰ। ਸੋ ਨੈਸ਼ਨਲ ਕਮਿਸ਼ਨ ਫੋਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਨੇ ਝਾਰਖੰਡ ਦੇ ਵਿੱਚ ਇੱਕ ਮਾਈਕਾ ਮਾਈਨਸ ਨੇ ਜਿਹਨੂੰ 5 July ਨੂੰ ਫ੍ਰੀ ਕਰ ਦਿੱਤਾ ਕਿ ਇੱਥੇ ਬੱਚੇ ਹੁਣ ਕੰਮ ਨਹੀਂ ਕਰਨਗੇ, ਇਹਨਾਂ ਨੂੰ ਬੱਚਿਆਂ ਨੂੰ ਛਡਾ ਕੇ ਇਹਨਾਂ ਨੂੰ ਸਕੂਲ ਭੇਜੋ ਜੀ, ਇਹ ਜ਼ਿਆਦਾ ਜ਼ਰੂਰੀ ਚੀਜ਼ ਹੈ, ਠੀਕ ਹੈ। ਸੋ 20,000 ਚਿਲਡਰਨ ਵਰ ਪ੍ਰੀਵੀਅਸਲੀ ਇੰਪਲੋਇਡ ਇਨ ਮਾਈਕਾ ਮਾਈਨਿੰਗ ਬਟ ਹੈਵ ਸਿੰਸ ਬੀਨ ਰੀਹੈਬਿਲਿਟੇਟਿਡ ਐਂਡ ਇਨਰੋਲਡ ਇਨ ਸਕੂਲ। ਸੋ 20,000 ਸਟੂਡੈਂਟ ਘੱਟ ਨਹੀਂ ਹੁੰਦੇ ਯਾਰ, ਬੱਚੇ ਇਹਨਾਂ ਚੀਜ਼ਾਂ 'ਚ ਪੈ ਜਾਂਦੇ ਨੇ। ਸੋ ਚਾਈਲਡ ਲੇਬਰ ਹੈ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਸੀਂ ਦੱਸਣਾ ਹੈ ਕਿ ਕਿਹੜਾ ਆਰਟੀਕਲ ਹੈ ਜਿਹੜਾ ਚਾਈਲਡ ਲੇਬਰ ਨੂੰ ਲਿੰਕ ਕਰਦਾ, ਠੀਕ ਹੈ। ਨੈਕਸਟ ਆ ਗਿਆ ਕ੍ਰਿਸ਼ਨ ਰਾਜਾ ਸਾਗਰ। ਸੋ ਕ੍ਰਿਸ਼ਨ ਰਾਜਾ ਸਾਗਰ ਜਿਹੜਾ ਡੈਮ ਹੈ ਉਹ ਰੀਸੈਂਟਲੀ ਨਿਊਜ਼ ਦੇ ਵਿੱਚ ਸੀਗਾ, ਕਿਉਂ ਹੋ ਸਕਦਾ ਰੀਸੈਂਟਲੀ ਨਿਊਜ਼, ਮੀਂਹ ਆ ਰਿਹਾ, ਠੀਕ ਹੈ, ਤਾਂ ਇਹ ਕਿੱਥੇ ਹੈ ਜੀ? ਇਹ ਆਂਸਰ ਆਜੂਗਾ ਜੀ ਕਰਨਾਟਕਾ ਦੇ ਵਿੱਚ। ਸੋ 100 ਫੁੱਟ ਮਾਰਕ ਜਿਹੜਾ ਹੈਗਾ ਵਿਦ ਮੈਕਸੀਮਮ ਲੈਵਲ 124 ਫਿੱਟ ਦਾ ਇਹਨਾਂ ਨੇ ਕਰਤਾ ਸੀਗਾ, ਕ੍ਰਿਸ਼ਨ ਰਾਜਾ। ਸੋ ਕ੍ਰਿਸ਼ਨ ਰਾਜਾ ਜੇ ਕਿਸੇ ਨੇ ਹਿਸਟਰੀ ਪੜ੍ਹੀ ਹੈ ਵੁਡਿਆਰ ਡਾਇਨੈਸਟੀ ਨੂੰ ਬਿਲੋਂਗ ਕਰਦੇ ਨੇ, ਸੋ ਉਹਨਾਂ ਦੇ ਨਾਮ ਤੋਂ ਹੀ ਇਹਨਾਂ ਦਾ ਨਾਮ ਪਿਆ ਸੀਗਾ ਕ੍ਰਿਸ਼ਨ ਰਾਜਾ, ਇਹ ਕਰਨਾਟਕਾ ਦੇ ਵਿੱਚ ਵੁਡਿਆਰ ਡਾਇਨੈਸਟੀ ਸੀਗੀ, ਠੀਕ ਹੈ। ਚਲ ਨੈਕਸਟ ਆ ਗਿਆ ਕੁਸ਼ਚਨ ਆਫ ਦਾ ਡੇ ਲਾਸਟ ਦੇ ਉੱਤੇ ਰੀਸੈਂਟਲੀ ਹੇਮੰਤ ਸੋਰੇਨ। ਸੋ ਹੇਮੰਤ ਸੋਰੇਨ ਬੜੇ ਇੰਪੋਰਟੈਂਟ ਹੈ, ਪਿੱਛੇ ਜੇ ਜੇਲ੍ਹ ਜਾ ਕੇ ਆਏ ਨੇ ਵਿਚਾਰੇ, ਠੀਕ ਹੈ, ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ, ਤਾਂ ਇਹਨਾਂ ਨੇ ਕਿੱਥੋਂ ਦੇ ਚੀਫ ਮਿਨਿਸਟਰ ਸੀਗੇ ਅਤੇ ਹੁਣ ਇਹਨਾਂ ਨੂੰ ਦੁਬਾਰਾ ਤੋਂ ਉਸੇ ਜਗ੍ਹਾ ਦਾ ਮਿਨਿਸਟਰ ਬਣਾ ਦਿੱਤਾ ਗਿਆ। ਤਾਂ ਤੁਸੀਂ ਆਪਣਾ ਆਂਸਰ ਜ਼ਰੂਰ ਕਰਿਓ ਕਮੈਂਟ ਸੈਕਸ਼ਨ 'ਚ। ਉਮੀਦ ਕਰਦਾ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੈ, ਇੰਟਰਸਟਿੰਗ ਲੱਗੀ ਹੈ, ਬਹੁਤ ਸਾਰੇ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਹੋਣਗੀਆਂ। ਤਾਂ ਸਾਰੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲੀ ਵਾਰੀ ਆਏ ਸੀਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਜ਼ਰੂਰ ਪ੍ਰੈਸ ਕਰ ਲਓ, ਅਤੇ ਅਗਰ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ। ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼, ਬਾਏ ਬਾਏ, ਟੇਕ ਕੇਅਰ।